ਸੱਚ ਖਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੋਲਿਆ, ਭਾਈ ਮਰਦਾਨਾ, ਜਿਸ ਧਰਤੀ ਤੇ ਖੜੇ ਆ ਥੱਲੇ ਕੋਈ ਪਾਣੀ ਨਹੀਂ, 8 ਕਿਲੋਮੀਟਰ ਉੱਤੇ ਜਾਣਾ ਪਵੇਗਾ, ਉੱਥੇ ਇੱਕ ਮੁਸਲਮਾਨਾਂ ਦਾ ਇੱਕ ਪੀਰ ਹੈ, ਬਾਬਾ ਬਲੀ ਕੰਧਾਰੀ। ਬਾਬਾ ਬਲੀ ਕੰਧਾਰੀ, ਬਲੀ ਤਾਂ ਬੋਲਿਆ ਕੋ ਬੋਲਤੇ ਹੈ ਬੰਦਗੀ ਵਾਲੇ ਕੋ, ਕੰਧਾਰੀ ਵਿਸ਼ਾਲ ਮੇ ਇੱਕ ਕੰਧਾਰ ਸ਼ਹਿਰ ਹੈ, ਉਸੀ ਕੰਧਾਰ ਸੇ ਬਾਬਾ ਜੀ ਬਲੀ ਕੰਧਾਰੀ ਆਏ ਥੇ ਉੱਥੇ ਬੰਦਗੀ ਕਰ। ਉਹਦੇ ਕੋਲ ਇੱਕ ਖੂਹ ਸੀ, ਜਿਹਦਰ ਇੱਥੋਂ ਜਿਹੜੀ ਦੁਨੀਆ ਰਹਿੰਦੀ ਸੀ ਉੱਥੇ ਜਾ ਕੇ ਚੱਲ ਸਕਦੀ ਸੀ। ਭਾਈ ਮਰਦਾਨਾ ਗਿਆ ਉੱਤੇ, ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਉੱਥੇ ਚਲੇ ਗਏ। ਮਰਦਾਨਾ ਕਹਿਣ ਲੱਗੇ, ਪੀਰ ਸਾਹਿਬ ਜਲ ਦੀ ਪਿਆਸ ਲੱਗੀ ਹੈ, ਜਲ ਛੱਡ। ਉਸ ਪੀਰ ਨੇ ਭਾਈ ਮਰਦਾਨੇ ਨੂੰ ਬੋਲਿਆ, ਤੁਹਾਨੂੰ ਇੱਥੇ ਜਲ ਨਹੀਂ ਮਿਲਣਾ। ਉਸ ਟਾਈਮ ਉਹਨਾਂ ਨੂੰ ਥੱਲੇ ਵਾਪਸ ਕਰ ਦਿੱਤਾ। ਆ ਕੇ ਦੋ ਹੱਥ ਜੋੜ ਕੇ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਜਲ ਨਹੀਂ ਮਿਲਿਆ, ਪਿਆਸ ਲੱਗੀ। ਇੱਕ ਦਫਾ ਗਿਆ ਵਾਪਸ ਆਇਆ, ਦੂਸਰੀ ਮਰਤਬਾ ਗਿਆ ਨਹੀਂ ਮਿਲਿਆ ਵਾਪਸ। ਜਦੋਂ ਬਾਬਾ ਨੇ ਹੁਕਮ ਕੀਆ, ਸ਼ਬਦ ਦਿੱਤੇ, ਜਾ ਇੱਕ ਤੀਸਰੀ ਵਾਰੀ ਹੋਰ ਜਲ ਛੱਡ ਗਿਆ ਬਾਬਾ ਕੋਲ ਲੈ। ਜਦੋਂ ਬਾਬਾ ਮਰਦਾਨਾ ਫਿਰ ਤੀਸਰੀ ਵਾਰੀ ਗਿਆ, ਤਾਂ ਬਾਬਾ ਬਲੀ ਕੰਧਾਰੀ ਨੇ ਕੋਈ ਜਵਾਬ ਦਿਆ ਜੋ ਪਹਿਲੇ ਨਹੀਂ ਦਿੱਤਾ। ਇੱਕ ਗੱਲ ਤੁਹਾਨੂੰ ਮੈਂ ਯਾਦ ਦਿਵਾਇਆ, ਦਿੱਲੀ ਦੀ ਸੰਗਤ ਆਈ ਹੋਈ ਹੈ, ਇਤਿਹਾਸ ਹੈ, ਇੱਥੇ ਜਲ ਨਹੀਂ ਮਿਲਦਾ ਸੀ, 8 ਕਿਲੋਮੀਟਰ ਉੱਥੇ ਮਿਲਦਾ ਸੀ। ਇੱਥੋਂ ਦੀ ਕਈ ਲੱਖਾਂ ਦੀ ਆਬਾਦੀ ਹੈ ਜਿਹਨਾਂ ਨੂੰ ਹੁਣ ਪਾਣੀ ਮਿਲਦਾ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਅਗਰ ਪਾਣੀ ਇੱਥੇ ਨਹੀਂ ਕੱਢਦਾ ਸੀ, ਇੱਥੇ ਨਹੀਂ ਦੇਣਾ ਸੀ, ਤਾਂ ਇੱਥੇ ਪਾਣੀ ਅਸਾਂ ਅਬਦਾਲ ਮੇ ਕਿਹਨੂੰ ਨਹੀਂ ਮਿਲਦਾ ਸੀ। ਭਾਈ ਮਰਦਾਨਾ ਤੀਸਰੀ ਵਾਰੀ ਵਾਪਸ ਆ ਗਿਆ। ਜਦੋਂ ਵਾਪਸ ਆ ਕੇ ਫਿਰ ਬੇਨਤੀ ਕੀ, ਬਾਬਾ ਜੀ ਉੱਥੇ ਕੰਮ ਨਹੀਂ ਬਣਨਾ ਹੈ, ਕਿਰਪਾ ਕਰੋ ਜਲ ਛਕਾਓ। ਮਰਦਾਨਾ ਬਾਬੇ ਨੂੰ ਕਹਿਣ ਲੱਗਾ, ਬਾਬਾ ਨੇ ਬੋਲਿਆ, ਮਰਦਾਨਾ ਦੋ ਹੱਥ ਪਕੜੋ, ਉੱਥੇ ਹੀ ਗਿਰਨ ਤੇ ਖੜੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਛੇੜੀ ਹੁੰਦੀ ਸੀ ਡੰਡੀ, ਬਾਈ ਮਰਦ ਵਾਲਿਆਂ ਨੂੰ ਆਖਿਆ, ਕਦ ਛੈਣੀ ਜਲ ਪ੍ਰਗਟ ਹੋਵੇ, ਉਦਾ ਕੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁਣਾ ਨਿੰਦ ਸਭ ਤੇਰੀ ਵਡਿਆਈ, ਕੋਈ ਨਾ ਹੁਣ ਜਾਣੇ ਮੇਰਾ। ਅਰਦਾਸ ਕਰਕੇ ਪਰਮਾਤਮਾ ਕੋ, ਅਕਾਲ ਪੁਰਖ ਕੋ, ਬਾਬਾ ਜੀ ਨੇ ਉਸ ਜਗ੍ਹਾ ਕੋ ਜਿੱਥੋਂ ਜਲ ਹੁਣੇ ਪ੍ਰਗਟ ਹੋਇਆ ਹੈ ਨਿਕਲ ਰਿਹਾ ਹੈ, ਇੱਥੇ ਛੈਣੀ ਬਾਣੀ ਦੀ ਸਿੱਧਾ ਭਾਈ ਮਰਦਾਨੇ ਦੇ ਹੱਥ ਵਿੱਚ ਜਲ ਆ ਗਿਆ। ਜਦੋਂ ਜਲ ਆਇਆ ਸੀ, ਉੱਥੇ ਜਿਹੜਾ ਬਾਬਾ ਮਲਿਕ ਕੰਧਾਰੀ ਦਾ ਖੂਹ ਸੀ ਉਹ ਖਾਲੀ ਹੋ ਰਿਹਾ ਸੀ। ਵੇਖਿਆ ਬਾਬਾ ਨੇ ਇਹ ਤੋਂ ਖੂਹ ਖਾਲੀ ਹੋ ਰਿਹਾ ਹੈ, ਇੱਥੇ ਕੌਣ ਆ ਸੀ? ਬਾਬਾ ਮਲਿਕ ਕੰਧਾਰੀ ਨੇ ਇੱਕ ਪਾਠ ਸੀ, ਬਹੁਤ ਵੱਡਾ, ਇਹ ਇੱਕ ਨਿਸ਼ਾਨੀ ਤੌਰ ਮਹਾਰਾਣਾ ਰਣਜੀਤ ਸਿੰਘ ਨੇ ਸੇਵਾ ਜਦੋਂ ਗੁਰਦੁਆਰੇ ਦੀ ਕਰਵਾਉਂਦੇ ਸਨ ਨਾ, ਤਾਂ ਗੁਰਦੁਆਰਾ ਪੰਜਾ ਸਾਹਿਬ ਦਾ ਜੀ ਜੋ ਪੰਜਾ ਲਗਾ, ਇਹ ਬਹੁਤ ਬੜਾ ਪਾੜ ਸੀ, ਕਮਰੇ ਨਹੀਂ ਸੀ, ਤੇ ਉਹਨਾਂ ਨੂੰ ਨਿਸ਼ਾਨੀ ਤੌਰ ਇਹ ਕਟਵਾ ਕੇ ਪੰਜਾ ਛੋੜ ਕੇ ਬਾਕੀ ਕਟਵਾ ਕੇ ਕਮਰੇ ਬਣਾਏ, ਜੋ 6 ਫੁੱਟ ਦੇ ਕਮਰੇ ਬਣੇ। ਬਾਬਾ ਮਰਦਾਨਾ ਕਹਿਣ ਲੱਗਾ, ਗੁਰੂ ਮਹਾਰਾਜ ਪਾਣੀ ਜਲ ਤੋਂ ਜੋ ਛਕਾਇਆ ਅਬ ਤੋ ਬਹਿ। ਜਿਸਕੇ ਸਰੂਪ ਤੂੰ ਸਵਾਮੀ,
ਕੋਈ ਨਿਹਾਲ ਹੈ ਉਸ ਪ੍ਰਭੂ ਪਰਮਾਤਮਾ ਦਾ ਬਖਸ਼ਿਸ਼ ਹੈ। ਜੈਸੇ ਪਾਰ ਗੁਰੂ ਨਾਨਕ ਦੇਵ ਮਾਰ ਦੇ ਆਗੇ ਆਇਆ ਤੁਸੀਂ ਪਾਰ ਨੂੰ ਆਪਣੇ ਮੰਜੇ ਸੇ ਮੂਵ ਕਰਕੇ ਉਧਰ ਹੀ ਰੱਖ ਦੇ ਜਿਹੜੇ ਮੰਜੇ ਦਾ ਤੁਸੀਂ ਹੁਣੀ ਇਸ਼ਨਾਨ ਕਰਕੇ ਆਏ ਹੋ ਜਿਸ ਮੰਜੇ ਦਾ ਦਰਸ਼ਨ ਕਰਕੇ ਆਏ ਹੋ ਇਹ ਉਹ ਇਸ ਹਸਨ ਦਾ ਡਿਸਟ੍ਰਿਕਟ ਅਟਕ ਪੰਜਾਬ ਗੁਰਦੁਆਰਾ ਪੰਜਾ ਸਾਹਿਬ ਇਹ ਪੰਜਾ ਸਾਹਿਬ ਅਟਕ ਜ਼ਿਲ੍ਹੇ ਮੇ ਆਉਂਦਾ ਹੈ। ਇਸ ਸ਼ਹਿਰ ਦਾ ਨਾਂ ਹੈ ਹਸਨ ਅਬਦਾਲ ਗੁਰਦੁਆਰਾ ਪੰਜਾ ਸਾਹਿਬ ਜਿੱਥੇ ਪੰਜਾ ਲਗਾ ਹੁਆ ਹੈ ਜਿਸਦਾ ਤੁਸੀਂ ਦਰਸ਼ਨ ਕੀਤਾ ਹੈ। ਇਸਕੇ ਲੀਏ ਭਾਈ ਗੁਰਦਾਸ ਰਾਮ ਨੰਦ ਲਾਲ ਦੀਵਾਨੋਂ ਮੇ ਕਿਹਾ ਗਿਆ ਹੈ ਬਲ ਨਾਰਾਇਣ ਗੁਰੂ ਨਾਨਕ ਮੈਂ ਪ੍ਰਭ ਮਿਲਣ ਪ੍ਰੇਮ ਮਾਨਿਆ